ਆ ਦੇਖ ਲੈ ਆ ਹੁਣ ਰੋਕ ਲੈ ਤੇਰੇ ਭਾਈ ਨੂੰ ਮੇਰਾ ਛਾਲਾ ਇੰਨੀਆਂ ਫੁਕਰੀਆਂ ਮਾਰਦਾ ਨਾ ਬਸ਼ਰ ਹੈ ਰੱਬ ਦਾ ਨਾ ਪੱਲੇ ਛਾਲੇ ਦੇ ਢੇਲਾ ਨਹੀਂ ਉਹ ਹੁਣ ਤਾਂ ਮੈਨੂੰ ਵੀ ਸ਼ਰਮ ਆਉਂਦੀ ਆ ਜਦ ਕੋਈ ਆ ਕੇ ਕਹਿੰਦਾ ਬਈ ਤੇਰੇ ਛਾਲੇ ਨੇ ਐਡੀ ਵੱਡੀ ਫੁਕਰੀ ਮਾਰੀ ਆ ਨਾ ਜਿ ਘਾਉਣ ਵਾਲਾ ਕੰਮ ਚੱਲ ਪੇ ਫੇਰ ਤਾਂ ਲੋਟ ਆ ਉਹ ਗਾਉਂ ਨੂੰ ਬੜਾ ਛਾਲਾ ਚਮਕੀਲਾ ਹੋ ਉਹ ਉਹਦੇ ਨਾਲ ਤਾਂ ਹਰਮਨ ਚੀਮਾ ਵਧੀਆ ਗਾਉਂਦਾ ਨੀਟੂ ਛੱਟਣ ਵਾਲਾ ਵਧੀਆ ਗਾਉਂਦਾ ਨਿਸ਼ਤਰ ਮਿਸਤਰੀ ਵਧੀਆ ਗਾਉਂਦਾ ਇੱਕ ਹੋਰ ਆ ਮੇਰੇ ਛਲੇ ਦਾ ਆ ਮੁੱਖ ਮੰਤਰੀ ਉਹਦੇ ਨਾਲ ਤਾਂ ਉਹ ਵੀ ਵਧੀਆ ਗਾਉਂਦਾ ਉਹਦੇ ਨਾਲ ਤਾਂ ਸਾਰੇ ਵਧੀਆ ਗਾਉਂਦੇ ਨੇ ਤੂੰ ਦੇਖੀ ਤਾਂ ਸਹੀ ਜਦ ਚੜ ਗਈ ਨਾ ਮੇਰੇ ਬਘੇਲੇ ਭਾਈ ਦੀ ਗੁੱਡੀ ਮੈਨੂੰ ਪਤਾ ਹੈ ਮੇਰਾ ਭਾਈ ਨਾ ਇੱਕ ਦਿਨ ਇੱਕ ਦਿਨ ਹਿੱਟ ਜ਼ਰੂਰ ਹੋਊਗਾ ਮੈਨੂੰ ਪੂਰਾ ਯਕੀਨ ਆ ਮੇਰੇ ਭਾਈ ਤੇ ਉਹ ਚੰਦ ਗੁਰੇ ਇੱਕ ਖਾਸ ਹੀ ਤਦਰੇ ਭਾਈ ਚ ਮਿਰਜ ਛੜਾ ਘਪੌੜ ਐਸ਼ਾ ਉਹਨਾਂ ਫਿੱਟ ਕਰਦਾ ਨਾ ਕੀ ਰਹੇ ਰੱਬ ਦਾ ਨਾਮ ਜਮਨ ਲੱਡੂ ਐ ਛੜਾ ਜਦੋਂ ਮੇਰਾ ਪਾਈ ਹਿੱਟ ਹੋ ਗਿਆ ਨਾ ਚੰਡੀਗੜ੍ਹ ਰਹਿਆ ਕਰੂ ਕਾਰਾਂ 'ਚ ਘੁੰਮਿਆ ਕਰੂ ਚੰਗੇ ਫਲੈਟ 'ਚ ਰਹਿਆ ਕਰੂ ਸ਼ਬਾਸ਼ ਤਾਂ ਜੁਲੈਂਦੀ ਉਹ ਮੈਂ ਜਾਣਦਾ ਜਿਹੜੇ ਫਲੈਟਾਂ 'ਚ ਰਹਿੰਦੇ ਨੇ ਜਦ ਕਿਰਾਇਆ ਮੁੱਕ ਜਾਂਦਾ ਛੜੇ ਛੱਡ ਕੇ ਭੱਜ ਜਾਂਦੇ ਨੇ ਅਰੇ ਗੱਡੀਆਂ 'ਚ ਘੁੰਮਦੇ ਨੇ ਉਹ ਵੀ ਕਿਰਾਏ ਦੀਆਂ ਮੇਰੇ ਛੜੇ ਲੰਡੂ ਬੜਾ ਚੰਡੀਗੜ੍ਹ ਰਹੂਗਾ ਉਹ ਉਹ ਤੈਨੂੰ ਕਹਤਾ ਹੈਗਾ ਵੀ ਛੜਾ ਲੰਡੂ ਬਣਾ ਸ਼ੀਰੇ ਦਾ 1 ਨੰਬਰ ਦਾ ਹੋ ਤੂੰ ਨਾ ਜੀ ਬਾਲਾ ਨਾ ਬੋਲ ਤੈਨੂੰ ਪਤਾ ਮੇਰਾ ਬਲੱਡ ਪ੍ਰੈਸ਼ਰ ਛੇਤੀਓ ਵਧਿਆ ਜਾਂਦਾ ਨਾਲੇ ਮੇਰਾ ਭਾਈ ਚਾਹੇ ਲੱਖ ਮਾੜਾਗਾ ਉਹਨੇ ਬਥੇਰੇ ਦੇ ਪੈਸੇ ਦੇਣੇ ਆ ਮੈਂ ਤਾਂ ਨਹੀਂ ਉਹਨੂੰ ਮਾੜਾ ਕਹਿ ਸਕਦੀ ਇੱਕ ਦਿਨ ਮੈਨੂੰ ਫੋਨ ਕਰਕੇ ਕਹਿੰਦਾ ਜੀਜਾ ਜੀ ਪਤਾ ਹੀ ਆ ਤੈਨੂੰ ਕਾਰ ਲੈ ਲਈ ਆਪਾਂ ਨੇ ਮੈਂ ਕਹਾਂ ਛੜਾ ਤੂੰ ਕਿਵੇਂ ਲੈ ਲਈ ਕਾਰ ਓਏ ਕਹਿੰਦਾ ਰੈਂਟ ਤੇ ਲੈਂਦੀ ਆ ਆਪਾਂ ਤਾਂ ਕਹਿੰਦਾ ਜੀਜੇ ਲੋਕਾਂ ਦੇ ਕਾਲਜੇ ਫੁੱਕਣੀਆਂ ਬੱਚ ਉਹ ਲੋਕਾਂ ਦੇ ਕਾਲਜੇ ਕੀ ਫੁੱਕਣੇ ਛਾਲਿਆ ਤਾਂ ਦਾ ਸਾਡਾ ਕਾਲਜਾ ਫੁੱਗਿਆ ਪੈ ਜਮੀ ਲੰਡੂ ਬੰਦਾ ਜਮੀ ਉਹ ਤੁਸੀਂ ਉਹਦੀ ਮਦਦ ਕਰ ਦੋ 100 ਰੁਪਏ ਹੋਰ ਦੇ ਆਓ 100 ਰੁਪਿਆ ਉਹ ਮੇਰਾ ਛਾਲਾ 1 ਰੁਪਿਆ ਲਾਣ ਨੂੰ ਜੀ ਨਹੀਂ ਕਰਦਾ ਤਾ ਤੂੰ 100 ਰੁਪਿਆ ਕਹਿੰਨੀ ਆ ਲੰਡੂ ਬੰਦਾ ਇੱਕ ਨੰਬਰ ਦਾ ਤਾਂ ਖਸਮਾ ਨੂੰ ਖਾ ਮੈਂ ਆਪੇ ਦੇ ਆਉ 100 ਰੁਪਏ ਮੇਰੇ ਭਾਈ ਨੂੰ ਓ ਓ ਉਹ ਮੇਰਾ ਛੜਾ ਤੀਵੇਂ ਦਾ ਅਹੀ ਸ਼ੇਪਾ ਹੁੰਦਾ ਜੇ ਬੋਲੀਏ ਤਾਂ ਮਰਦੇ ਆ ਜੇ ਨਹੀਂ ਬੋਲੀਏ ਤਾਂ ਮਰਦੇ ਆ ਉਹ ਇਹਨੂੰ ਸਮਝਣਾ ਔਖਾ ਹੀ ਆ ਉਹ ਸਮਝਣਾ ਕੀ ਕੋਈ ਸਮਝ ਨਹੀਂ ਸਕਦਾ ਉਹ ਇੰਦਾ ਰੱਬ ਵੀ ਬਣਾ ਕੇ ਨਾ ਪੰਗੜੋ ਪੁੱਛੇ ਜਪਿਆ ਵੀ ਮੈਂ ਇਹ ਕੀ ਬਣਾਤਾ ਹੈ ਉਹ ਚੰਦਕੁਰੇ ਉਹ ਮੈਨੂੰ ਲੱਗਦਾ ਮੇਰੇ ਛੜੇ ਦੀ ਪਮਤਰ ਕੀ ਮਨਾਣਾ ਕਿਹੜਾ ਸ਼ੌਖਾ ਜਿਨ੍ਹਾਂ ਦੀਆਂ ਰੁਚੀਆਂ ਨੇ ਇਹਨਾਂ ਨੂੰ ਪਤਾ ਹੁੰਦਾ ਵੀ ਤੀਵੇਂ ਕਿਵੇਂ ਮਨਾਈਦੀ ਨੇ ਚੰਦਕੁਰੇ ਮੇਰਾ 28 ਸਿਆਪਾ ਹੀ ਆ ਬੱਚ ਆਹ ਨੋ ਓਏ ਪਾਪੇ ਉਹ ਦੇਖ ਕਿਵੇਂ ਟੋਰ ਨਾਲ ਬੈਠਾ ਸਾਡੇ ਪੈਸੇ ਦੱਬ ਕੇ ਆ ਜਾ ਕਰਦੇ ਆ ਗੱਲ ਉਹਦੇ ਨਾਲ ਉਹ ਬੋਕੇ ਲਿਆ ਤੇਰੀ ਪਰਸੋਂ ਲੰਗੀ ਪੈਸੇ ਨਹੀਂ ਦਿੱਤੇ ਮੇਰੇ ਉਹ ਆ ਵੀ ਹਰਨੇਕ ਸਿਆਂ ਬੈ ਜਾ ਬੈ ਜਾ ਆ ਦੁੱਧ ਦੇ ਪਤੀ ਲਿਆ ਉਹ ਵੀ ਪਾ ਕੇ ਉਹ ਚਾਚਾ ਸਾਨੂੰ ਮਿੱਠੇ ਗੋਲਿਆ ਨਾ ਦੇ ਪੈਸੇ ਤੇ ਸਾਡੇ ਫੜਾਉਂ ਰਹਾਂ ਦੱਸ ਯਾਰ ਤੂੰ ਆਪੀ ਤਾਂ ਕਿਹਾ ਸੀ ਆਥੜੇ ਲੈ ਜੀ ਉਹ ਮਿਲ ਜਾਣਗੇ ਪੈਸੇ ਵੀ ਭੱਜਾ ਥੋੜੀ ਜਨਾ ਯਾਰ ਉਹ ਪਾਪੇ ਇਹ ਨਹੀਂ ਦਿੰਦਾ ਮੈਂ ਕਹਿਤਾ ਤੈਨੂੰ ਉਹ ਦਿੰਦਾ ਕਿਵੇਂ ਨਹੀਂ ਜਲੂਸ ਕੱਢਦੇਗੇ ਪਿੰਡ ਜਿਹਦਾ ਉਹ ਹਰਨੇ ਕਿਆ ਵੱਡਾ ਹੋਣ ਕਰਕੇ ਜਿੱਦ ਕਰਦਾ ਤੇਰੀ ਇਹਦਾ ਮਤਲਬ ਇਹ ਨਹੀਂ ਬੀ ਜੋ ਮੂੰਚਾ ਹੂਗਾ ਬੋਲੀ ਜਾਏਗਾ ਘਰ ਆ ਕੇ ਗੱਲ ਪੈਣ ਦਾ ਕੇਸ ਪਤਾ ਕਿੱਡਾ ਬੜਾ ਪੈਂਦਾ ਉਹ ਚਾਚਾ ਸਾਨੂੰ ਕਿਹੜਾ ਸ਼ੌਂਕ ਤੇਰੇ ਘਰੇ ਹੁੰਦਾ ਸਾਡੇ ਪੈਸੇ ਫੜਾ ਅਸੀਂ ਜਾਈਏ ਮੈਂ ਜੇਬ ਚ ਪਾਈ ਫਿਰਦਾ ਪੈਸੇ ਇੱਜ਼ਤ ਕਰੋ ਤੇ ਜਿੱਦ ਕਰਾਓ ਆਰਮਨਾਲ ਬੈ ਕੇ ਚਾਹ ਪਾਣੀ ਪੀਓ ਬੈ ਕੇ ਗੱਲ ਕਰਦੇ ਆ ਮਿਲਣਗੇ ਪੈਸੇ 2-4 ਦਿਨਾਂ ਚ ਉਹ ਬਗੇਲਿਆ 4 ਮਹੀਨੇ ਹੋ ਗਏ ਤੈਨੂੰ ਪੈਸੇ ਲੈਣ ਨੂੰ ਦੋ ਦਿਨ ਦਾ ਟਾਈਮ ਲਿਆ ਸੀ ਤੂੰ ਪੈਸੇ ਦੇਣ ਦਾ ਚਾਹ ਤਾਂ ਹੁਣ ਉਦਾਂ ਹੀ ਪੀਵਾਂਗੇ ਜਿੱਦਾਂ ਪੈਸੇ ਦੇਵੇਂਗਾ ਓਏ ਪਾਪੇ ਇਕੱਠ ਕਰ ਲੈ ਚੁੱਪ ਕਰਕੇ ਹੁਣ ਪੰਚਾਇਤ ਦੀ ਫੈਸਲਾ ਕਰੂ ਇਹ ਪੈਸੇ ਦਿੰਦਾ ਹੈ ਕਿ ਨਹੀਂ ਵੈਸੇ ਚਾਚਾ ਸਹੀ ਗੰਦੇ ਪਿੰਡਲੇ ਤੂੰ ਲੰਡੂ ਐ ਜਮਈ ਚੱਲ ਪਾਪੇ ਹੁ ਬੰਦ ਕਰ ਓਏ ਆ ਲਓ ਜੀ ਦੁੱਧ ਓ ਤੇਰਾ ਦਿਮਾਗ ਖਰਾਬ ਆ ਅਜਿਹੇ ਬੰਦੇ ਨੂੰ ਤਾਂ ਮੈਂ ਪਾਣੀ ਨਾ ਪਿਆਵਾ ਤੂੰ ਦੁੱਧ ਦੁੱਧ ੱਕੀ ਫਿਰਦੀ ਐ ਤੁਸੀਂ ਆਪ ਹੀ ਤਾਂ ਕਿਹਾ ਸੀ ਉਹ ਜੇ ਮੈਂ ਕਹੂੰਗਾ ਖੂਚ ਛਾਲ ਮਾਰ ਤੂੰ ਮਾਰ ਦੇਂਗੀ ਘੱਟ ਦਿਮਾਗ ਦੀ ਔਰਤ ਲੈ ਜਾ ਵਾਪਸ ਇਹਨੂੰ ਸ਼ਾਮ ਦੀ ਚਾਹ ਬਣਾਉਣ ਦੇ ਕੰਮ ਆ ਜੂਗਾ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਕਦੇ ਕਹਿੰਦੇ ਹੋ ਆ ਕੰਮ ਕਰਨਾ ਹੈ ਕਦੇ ਕਹਿੰਦੇ ਹੋ ਨਾ ਕਰ ਪਾਗਲ ਕੀਤਾ ਪਿਆ ਮੈਨੂੰ ਉਹ ਮੇਰੀ ਸਮਝ ਦਾ ਹਾਲ ਤੱਕ ਮੈਨੂੰ ਜੰਮਣ ਵਾਲਾ ਨਹੀਂ ਆਈ ਤੈਨੂੰ ਕਿੱਥੋਂ ਆ ਜੂਗੀ ਗੱਲ ਸੁਣ ਮੈਂ ਜੋ ਮਰਜ਼ੀ ਕਹਾਂ ਮੇਰੀ ਕਿਸੇ ਗੱਲ ਤੇ ਗੌਰ ਨਹੀਂ ਕਰਨੀ ਸਮਝ ਗਈ ਹੂੰ ਸਮਝ ਗਈ ਜੋ ਮਰਜੀ ਕਹੀ ਜਾ ਮੈਂ ਪੋਰਾ ਗੌਰ ਨਹੀਂ ਕਰਦੀ ਸ਼ਾਬਾਸ਼ ਤੇਜ਼ ਦਿਮਾਗ ਦੀ ਔਰਤ ਮੈਂ ਹੁਣ ਨਮਾ ਕੰਮ ਖੋਲ ਰਿਆਂ ਮੈਂ ਹੁਣ ਪੱਠਾ ਚਲਾ ਰਿਆਂ ਇੱਟਾਂ ਦਾ ਪੱਠਾ ਬਹੁਤ ਕਮਾਈ ਆ ਉਹਦੇ ਚ ਤੇਥੋਂ ਨਹੀਂ ਹੋਣੀ ਕਮਾਈ ਕੋਈ ਤੇਰਾ ਤਾਂ ਉਹੀ ਪੱਠਾ ਬੈਠਿਆ ਪਿਆ ਘਟ ਦਿਮਾਗ ਦੀ ਔਰਤ ਗੈਟ ਆਊਟ ਅਨਪੜ ਗਵਾਰ ਤੈਨੂੰ ਕੀ ਪਤਾ ਬਿਜ਼ਨਸ ਕਿਵੇਂ ਚਲਾਏ ਜਾਂਦੇ ਨੇ ਗਟ ਆਊਟ ਇੱਕ ਤਾਂ ਅੱਗੇ ਕੋਈ ਕੰਮ ਤਾਂ ਹੁੰਦਾ ਨਹੀਂ ਚੱਲਦਾ ਇਕ ਇਹਨੇ ਮੇਰੇ ਦਿਮਾਗ ਦਾ ਦਹੀਂ ਕਰਿਆ ਪਿਆ ਦੇਖੋ ਜੀ ਮੈਂ ਕਿਹੋ ਜਿਹੀ ਲੱਗਦੀ ਆ ਉਹ ਜਿੱਤਨਦਰ ਆਪਣੇ ਪੁੱਤਰਾ ਉਤਰਾ ਜੂ ਲੱਗੇਗੀ ਹੋਰ ਛਾਲੀਏ ਤੋਂ ਕੌਰ ਵੀ ਲੱਗੇਗੀ ਛਾਲਾ ਲੰਡੂ ਦਾ ਟੋਲਾ ਵੀ ਕਦੇ ਮਿੱਠਾ ਵੀ ਬੋਲ ਪਿਆ ਕਰ ਸੜੇ ਹਣਾ ਪਤਾ ਨਹੀਂ ਕਿ ਤੇਰੀ ਮਾਂ ਨੇ ਤੈਨੂੰ ਮਿਰਚਾਂ ਖਾ ਕੇ ਜੰਮਿਆ ਉਹ ਮਿੱਠਾ ਬੋਲ ਕੇ ਸ਼ੂਗਰ ਕਰਾਉਣੀ ਆ ਹੈ ਆ ਦੇਖਣ ਮੈਂ ਕਿ ਬਚੋਲਾ ਕਹਿੰਦਾ ਦੀ ਕੁੜੀ ਤਾਂ ਗਊ ਆ ਪੋਰਾ ਨਹੀਂ ਬੋਲਦੀ ਆ ਮੇਰੇ ਛਲਦੀਆ ਸਟਾਰਟ ਹੁੰਦੀਆਂ ਬੰਦੇ ਨਹੀਂ ਹੁੰਦੀ ਪੀਟਰ ਇੰਜਨ ਵਾਂਗੂ ਬਚੋਲੇ ਦੀ ਲੈ ਲੈ ਭੈਣ ਨਾਲ ਫੇਰੇ ਮੈਂ ਮੈਨੂੰ ਵੀ ਕਿਹਾ ਸੀ ਵਿਚੋਲੇ ਨੇ ਆ ਕਿ ਮੁੰਡੇ ਦਾ ਬਹੁਤ ਤਕੜਾ ਕੰਮ ਐ ਟਿੰਬਰ ਮਰਚੈਂਟ ਦਾ ਆਪਦਾ ਬਿਜ਼ਨਸ ਐ ਮੈਂ ਸੋਚਿਆ ਲੱਕੜ ਦਾ ਆਪਦਾ ਕੰਮ ਹੋਣਾ ਮਗਰੋਂ ਪਤਾ ਲੱਗਿਆ ਮਰ ਜਣਾ ਮਾਨਸਾਂ ਦਾ ਛੜੇ ਚ ਦਾਤਣਾ ਵੇਚਦਾ ਦੇਖ ਕਿ ਮੇ ਜਵਾਂ ਚਲਦੀ ਐ ਮੇਰੇ ਛਲੇ ਦੀ ਉਹ ਇੱਕ ਤੇਰਾ ਪਾਈ ਫੁਗਰਾ ਵਿਆਹ ਲਈ ਦਿਨ ਕਹਿੰਦਾ ਜੀਜਾ ਸਾਡੀ ਦਾ ਬਾਸ਼ਾ ਮੈਂ ਸੋਚਿਆ ਵੀ ਛਲੇ ਕੋਲ ਪ੍ਰਾਈਵੇਟ ਪੱਛ ਹੋਣੀ ਉਹਦਾ ਬਾਅਦ ਪਤਾ ਲੱਗਿਆ ਵੀ ਉਹਨਾਂ ਦੀ ਬਸ਼ਤ ਤੈਂ ਇਕਰਾਰ ਕੀਤੀ ਮੇਰੇ ਸਲੇ ਦੇ ਤੇ ਮੈਨੂੰ ਵੀ ਕਿਹਾ ਸੀ ਆ ਕਿ ਮੁੰਡੇ ਕੋਲੇ 12 13 ਟਰੱਕ ਨੇ ਮੈਂ ਕਿਹਾ ਆਪਦਾ ਟਰਾਂਸਪੋਰਟ ਹੋਣਾ ਮਗਰੋਂ ਪਤਾ ਲੱਗਿਆ ਕੰਜਰ ਕੋਲ ਟੁੱਟਿਆ ਟਰੱਕ ਤਾਂ ਇੱਕੋ ਹੀ ਆ ਨੰਬਰ 12 13 ਉਹਦਾ ਜੱਪਰੇ ਤੇ ਨਾਲ ਕਾਹਨੋਂ ਮਤਾ ਮਾਰੇ ਵੀ ਖੜਜੋ ਤਨ ਤਾਂ ਮੈਂ ਦੱਸਦੀ ਹਾਂ ਪਤਾ ਨਾ ਹੋਣੀ ਕਿਹੜਾ ਕੰਮ ਰਹਿ ਗਿਆ ਜਿੱਦਿਸਕੀਮ ਬਣਾ ਰਿਆ ਹੈ